ਸੂਰਜ ਲਿਸ਼ਕਦਾ ਏ ਚਿੱਟੇ ਅਸਮਾਨ ਵਿੱਚੋਂ, ਸੂਰਜ ਲਿਸ਼ਕਦਾ ਏ ਚਿੱਟੇ ਅਸਮਾਨ ਵਿੱਚੋਂ, ਜਿਵੇਂ ਬੱਦਲਾਂ ਚੋਂ ਬਿਜਲੀ ਦੀ ਤਾਰ ਲਿਸ਼ਕੇ। ਤਦਾਦ ਹੋਵੇ ਭਾਵੇਂ ਲੱਖਾਂ ਹੀ ਭੇਡਾਂ ਦੀ, ਤਦਾਦ ਹੋਵੇ ਭਾਵੇਂ ਲੱਖਾਂ ਹੀ ਭੇਡਾਂ ਦੀ, ਖੜਾ ਸ਼ੇਰ ਦੇ ਵਾਂਗ ਕੱਲਾ ਸਰਦਾਰ ਲਿਸ਼ਕੇ। ਹੋਵੇ ਜ਼ੁਲਮ ਜਦੋਂ ਜਦੋਂ ਮਜ਼ਲੂਮ ਉੱਤੇ, ਹੋਵੇ ਜ਼ੁਲਮ ਜਦੋਂ ਜਦੋਂ ਮਜ਼ਲੂਮ ਉੱਤੇ, ਕਲਗੀ ਧਰ ਦੇ ਖੰਡੇ ਦੀ ਧਾਰ ਲਿਸ਼ਕੇ। ਇਹਨੂੰ ਬਚਾਉਣ ਦੀ ਖਾਤਰ ਲਹਾਏ ਖੋਪੜ ਦੀਪ ਸਿੰਘਾਂ ਸਿਰ, ਤਾਈਓ ਦਸਤਾਰ ਲਿਸ਼ਕੇ। ਸਤਿ ਸ੍ਰੀ ਅਕਾਲ। ਇਹਨੂੰ ਬਚਾਉਣ ਦੀ ਖਾਤਰ ਤਾਂ ਲਹਾਏ ਖੋਪੜ ਦੀਪ ਸਿੰਘਾਂ ਸਿਰ, ਤਾਈਓ ਦਸਤਾਰ ਲਿਸ਼ਕੇ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰਪਿਤਾ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਦਸਮੇਸ਼ ਪਾਤਸ਼ਾਹ ਜਿਸ ਵੇਲੇ ਕਵੀਆਂ ਪਾਸੋਂ ਕਵਿਤਾਵਾਂ ਸੁਣਦੇ ਸਨ, ਤਖ਼ਤ ਦੇ ਉੱਤੋਂ ਖੜ੍ਹੇ ਹੋ ਕੇ ਆਪ ਖੁਦ ਜੈਕਾਰੇ ਛੱਡਦੇ ਸਨ। ਕਿਤੇ ਵੀ ਸ਼ਾਇਰ ਦਾ ਕੋਈ ਬੰਦ ਚੰਗਾ ਲੱਗੇ, ਮੈਂ ਹੁਕਮ ਨਹੀਂ ਕਰ ਰਿਹਾ, ਬੇਨਤੀ ਕਰ ਰਿਹਾ, ਕਿਸੇ ਵੀ ਸ਼ਾਇਰ ਦਾ ਕੋਈ ਬੰਦ ਕੋਈ ਸ਼ੇਅਰ ਚੰਗਾ ਲੱਗੇ ਨਾ, ਉਸ ਬੰਦ ਜਾਂ ਸ਼ੇਅਰ ਦੇ ਉੱਤੇ ਜ਼ਰੂਰ ਜੈਕਾਰਾ ਛੱਡਿਆ ਕਰੋ। ਇੱਕ ਕਵੀ ਨੂੰ ਸਾਹ ਮਿਲ ਜਾਂਦਾ ਜੀ, ਇੱਕ ਉਤਸਾਹ ਮਿਲ ਜਾਂਦਾ ਜੀ, ਕਿਉਂਕਿ ਰਾਗੀ ਢਾਡੀ ਕਵੀਸਰ ਜਥਾ ਇਹ ਆਪਣੇ ਤਿੰਨ ਜਾਂ ਚਾਰ ਸਾਥੀਆਂ ਨਾਲ ਬੋਲਦੇ ਨੇ। ਬਸ ਇੱਕ ਕਵੀ ਹੀ ਸੰਗਤ ਦੇ ਨਾਲ, ਸੰਗਤ ਦੇ ਪਿਆਰ ਦੇ ਜੈਕਾਰੇ ਦੇ ਹੁੰਗਾਰੇ ਦੇ ਨਾਲ ਕਵਿਤਾ ਪੜ੍ਹਦਾ ਜੀ। ਸਾਧ ਸੰਗਤ, ਜਿੰਨਾ ਚਿਰ ਸੰਗਤ ਦਾ ਜੈਕਾਰਾ ਹੁੰਗਾਰਾ ਨਾਲ ਆਇਆ, ਕਵੀ ਨੂੰ ਮਜ਼ਾ ਨਹੀਂ ਆਉਂਦਾ ਕਵੀ ਦਰਬਾਰ ਦੇ ਵਿੱਚ ਕਵਿਤਾ ਹਾੜੀ ਲਗਾਉਣ ਦਾ। ਸਾਧ ਸੰਗਤ ਜੀ, ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਉ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰਪਿਤਾ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਗੱਜ ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਆਪਾਂ ਸਭ ਇੱਥੇ ਇਕੱਤਰ ਹੋਏ ਹਾਂ। ਬੜਾ ਮਾਣ ਦਿੱਤਾ ਹੈ ਇਲਾਕੇ ਦੀ ਸੰਗਤ ਨੇ। ਮੇਰੇ ਵੱਡੇ ਵੀਰ ਭਾਈ ਮਲਕੀਤ ਸਿੰਘ ਨਿਮਾਣਾ ਜੀ ਨੇ ਮੇਰੇ ਬਾਰੇ ਬਹੁਤ ਕੁਛ ਬੋਲਿਆ। ਜਦੋਂ ਕਿਤੇ ਦਾਸ ਦੇ ਮਾਤਾ ਜੀ ਕਈ ਵਾਰ ਪ੍ਰੋਗਰਾਮਾਂ ਦੇ ਵਿੱਚ ਨਾਲ ਆ ਜਾਂਦੇ ਨੇ, ਉਹ ਵੇਖਦੇ ਨੇ ਤਾਂ ਜ਼ਾਰੋ ਜ਼ਾਰ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਆਉਂਦੇ ਨੇ। ਸੋਚਦੇ ਨੇ ਕਿ ਕੀ ਇਹ ਉਹੀ ਮੇਰਾ ਪੁੱਤ ਹੈ ਜਿਹਦੇ ਵਾਸਤੇ ਮੈਂ ਕਦੇ ਅਰਦਾਸਾਂ ਕਰਦੀ ਹੁੰਦੀ ਸੀ ਕਿ ਮਾਲਕਾ ਇਹਨੂੰ ਸਮੱਤ ਬਖਸ਼ੀ, ਇਹਨੂੰ ਸਿੱਖੀ ਬਖਸ਼ੀ, ਕਿਉਂਕਿ ਦਾਸ ਦਾ ਜੀਵਨ ਕ੍ਰਹਿਤ ਵਾਲਾ ਰਿਹਾ ਹੈ, ਮਨਮਤੀਆਂ ਵਾਲਾ ਰਿਹਾ ਹੈ, ਮਨਮੁੱਖਾਂ ਵਾਲਾ ਰਿਹਾ ਹੈ, ਕੇਸ ਵੀ ਕਤਲ ਹੁੰਦੇ ਸੀ। ਸਾਧ ਸੰਗਤ ਦਾ ਸੰਗ ਹੋਇਆ ਅਤੇ ਤਾਂ ਜਾ ਕੇ ਜੀਵਨ ਦੀ ਸੋਝੀ ਆਈ। ਗੁਰੂ ਨੇ ਬਾਂਹ ਫੜੀ, ਭੈਣ ਮਨਜੀਤ ਕੌਰ ਜੀ ਨੇ ਜਿਵੇਂ ਇੱਕ ਬੰਧ ਸਮਰਪਿਤ ਕੀਤਾ ਸੀ ਕਿ ਗੁਰੂ ਨੇ ਬਾਂਹ ਫੜੀ, ਉਹਨੇ ਚਿੱਕੜ ਦੇ ਵਿੱਚੋਂ ਕੱਢ ਕੇ ਆਪ ਰੱਬ ਰੂਪ ਸੰਗਤ ਦੇ ਸਨਮੁੱਖ ਕਰ ਦਿੱਤਾ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਕੀਟ ਹਾਂ, ਇਸ ਯੋਗ ਨਹੀਂ ਕਿ ਮੈਂ ਮਾਣ ਲੈ ਸਕਾਂ, ਪਰ ਜਿਹਦੇ ਉੱਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ। ਸੋ ਇੱਕ ਬੰਦ ਹਾਜ਼ਰ ਨਾਜ਼ਰ ਗੁਰੂ ਨੂੰ ਮੰਨ ਕੇ ਸਮਰਪਿਤ ਕਰਨਾ ਚਾਹੁੰਦਾ ਕਿ ਚੰਗੇ ਹੋਣੇ ਆ ਪੂਰਬਲੇ ਕਰਮ ਕਿੰਨੇ, ਚੰਗੇ ਹੋਣੇ ਆ ਪੂਰਬਲੇ ਕਰਮ ਕਿੰਨੇ,
ਮਿਲੀ ਲੱਖਾਂ ਚੋਂ ਮਨੁੱਖੀ ਜਾਤ ਤਾਈਓਂ, ਨਸੀਬ ਦਾਤੇ ਨੇ ਹੋਰ ਵੀ ਲਿਖੇ ਚੰਗੇ, ਨਸੀਬ ਦਾਤੇ ਨੇ ਹੋਰ ਵੀ ਲਿਖੇ ਚੰਗੇ, ਘਰ ਸਿੱਖਾਂ ਦੇ ਜਨਮਿਆਂ ਆਪ ਤਾਈਓਂ, ਕਰੀ ਹੋਣੀ ਹੈ ਭਗਤੀ ਪਿਛਲੇ ਜਨਮਾਂ ਦੀ, ਕਰੀ ਹੋਣੀ ਹੈ ਭਗਤੀ ਪਿਛਲੇ ਜਨਮਾਂ ਦੀ, ਸੱਚੀ ਸੰਗਤ ਦਾ ਮਿਲਿਆ ਸਾਥ ਤਾਈਓਂ, ਖੋਰੇ ਹੋਣਗੇ ਕਿੰਨੇ ਹੀ ਭਾਗ ਵੱਡੇ ਪੂਰਨ, ਗੁਰੂ ਦਾ ਹੋਇਆ ਮਿਲਾਪ ਤਾਈਓਂ। ਖੋਰੇ ਹੋਣਗੇ ਕਿੰਨੇ ਹੀ ਭਾਗ ਵੱਡੇ ਪੂਰਨ, ਗੁਰੂ ਦਾ ਹੋਇਆ ਮਿਲਾਪ ਤਾਈਓਂ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਰੀ ਉਮਰ ਲੰਘ ਜਾਂਦੀ ਹੈ ਸ਼ਰਾਬਾਂ ਕਬਾਬਾਂ ਦੇ ਵਿੱਚ, ਗੁਰਦੁਆਰੇ ਦਾ ਰਾਹ ਨਹੀਂ ਲੱਭਦਾ ਕਈਆਂ ਨੂੰ। ਜੇ ਆਪਾਂ ਅੱਧੀ ਰਾਤ ਦੇ ਵੇਲੇ ਵੀ ਇੱਥੇ ਅਡੋਲ ਬੈਠੇ ਹਾਂ ਤਾਂ ਵੱਡੀਆਂ ਭਾਗਾਂ ਵਾਲੇ ਹਾਂ। ਇਹ ਸਾਧ ਸੰਗਤ ਬਿਨਾਂ ਭਾਗਾਂ ਨਹੀਂ ਮਿਲਦੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਪਾਤਸ਼ਾਹ ਨੇ ਜੋ ਸਰਦਾਰੀ ਬਖਸ਼ੀ ਹੈ, ਇੱਕ ਬੰਦ ਉਸ ਦਸਤਾਰ ਨੂੰ ਸਮਰਪਿਤ ਕਰਾਂਗਾ ਕਿ ਕੱਲਾ ਕੱਪੜਾ ਨਾ ਜਾਣਿਓ ਦਸਤਾਰ ਭੁੱਲ ਕੇ। ਇਹ ਕੋਈ ਰੂਬੀਆ ਫੁੱਲ ਵੈਲ ਕੋਈ ਕੱਪੜਾ ਨਹੀਂ ਹੈ, ਸਿਰਫ ਕਿ ਕੱਲਾ ਕੱਪੜਾ ਨਾ ਜਾਣਿਓ ਦਸਤਾਰ ਭੁੱਲ ਕੇ। ਇਹ ਪੱਤ ਸਦਾ ਸਰਦਾਰਾਂ ਦੀ ਕੱਜ ਦੀ ਹੈ, ਆਣ ਮਾਣ ਤੇ ਸਨਮਾਨ ਵੀ ਮਿਲੇ ਉਹਨੂੰ, ਲਾਜ ਰੱਖੇ ਜੋ ਇਹਦੀ ਸੁੱਚੀ ਲੱਜ ਦੀ ਹੈ। ਹੱਥ ਜਿਹਦੇ ਸਿਰ ਹੁੰਦਾ ਦਸਾਂ ਗੁਰੂਆਂ ਦਾ, ਹੱਥ ਜਿਹਦੇ ਸਿਰ ਹੁੰਦਾ ਦਸਾਂ ਗੁਰੂਆਂ ਦਾ, ਦਸਤਾਰ ਉਹਦੇ ਸਿਰ ਸਦਾ ਹੀ ਵੱਜਦੀ ਹੈ। ਸਾਡੇ ਪੁਰਖਿਆਂ ਵਾਰੇ ਨੇ ਸੀਸ ਦੀਪ ਸਿੰਘਾ, ਸਾਡੇ ਸਿਰ ਦਸਤਾਰ ਅੱਜ ਸੱਜਦੀ ਹੈ, ਸਾਡੇ ਸਿਰ ਦਸਤਾਰ ਤਾਈਓਂ ਸੱਜਦੀ ਹੈ। ਇਹ ਦਸਤਾਰ ਆਪਾਂ ਨੂੰ ਸੌਖੀ ਨਹੀਂ ਮਿਲੀ, ਸਾਡੇ ਪੁਰਖਿਆਂ ਨੇ ਸੀਸ ਲੁਹਾਏ ਨੇ, ਖੋਪੜ ਲਹਾਏ ਨੇ, ਬੰਦ ਬੰਦ ਕਟਾਏ ਨੇ, ਤਾਂ ਜਾ ਕੇ ਕਿਤੇ ਅੱਜ ਪ੍ਰਵਾਨਗੀ ਮਿਲੀ ਹੈ ਦਸਤਾਰਾ ਸਜਾਉਣ ਦੀ। ਸੋ ਜਿਹੜੇ ਮੇਰੇ ਵੀਰ ਦਸਤਾਰਾ ਸਜਾਉਂਦੇ ਨੇ ਸ਼ਰਧਾ ਭਾਵਨਾ ਦੇ ਨਾਲ, ਇਹਦੀ ਮਾਣ ਮਰਿਆਦਾ ਨੂੰ ਕਾਇਮ ਰੱਖ ਕੇ ਦਸਤਾਰਾ ਸਜਾਉਣ, ਅਤੇ ਜਿਹੜੇ ਨਹੀਂ ਸਜਾਉਂਦੇ ਗੁਰੂ ਮਹਾਰਾਜ ਕਿਰਪਾ ਕਰਨ ਅਤੇ ਉਹ ਵੀ ਖਾਲਸੇ ਸਜਨ ਅਤੇ ਦਸਤਾਰਾ ਸਜਾਉਣ ਲੱਗ ਜਾਣ। ਸੋ ਆਓ ਮਨੋਬਿਰਤੀਆਂ ਇਕਾਗਰ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਚੱਲੀਏ, ਜਿੱਥੇ ਮੇਰੇ ਪਾਤਸ਼ਾਹ ਕੌਤਕ ਰਚਾਉਣ ਲੱਗੇ ਨੇ। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਆਪਾਂ ਇਕੱਤਰ ਹੋਏ ਹਾਂ। ਆਓ ਖਾਲਸੇ ਦਾ ਉਹ ਇਤਿਹਾਸ ਜਾਣੀਏ। ਸਭ ਤੋਂ ਪਹਿਲਾਂ ਇੱਕ ਬੰਦ ਅੰਮ੍ਰਿਤ ਦੀ ਮਹਿਮਾ ਨੂੰ ਬਿਆਨਦਾ ਕਿ ਅੰਮ੍ਰਿਤ ਵਰਸਿਆ ਜਦ ਸੁੱਕੇ ਪੱਤਿਆਂ ਤੇ। ਜਦ ਦਾਸ ਮਨਮਤੀਆ ਸੀ, ਕੇਸ ਕੱਟੇ ਹੁੰਦੇ ਸੀ ਤਾਂ ਲੋਕੀ ਭਈਆ ਸਮਝਦੇ ਹੁੰਦੇ ਸੀ, ਕਿਤੇ ਬੱਸਾਂ 'ਚ ਚੜ੍ਹ ਜਾਣਾ ਕੋਈ ਗੌਲਦਾ ਨਹੀਂ ਹੁੰਦਾ ਸੀ। ਜਦੋਂ ਦਸਤਾਰ ਸਜਾ ਲਈ ਤਾਂ ਸਰਦਾਰ ਜੀ ਇੱਕ ਨਾਮ ਨਾਲ ਜੁੜ ਗਿਆ, ਹਰ ਕੋਈ ਸਰਦਾਰ ਜੀ ਕਹਿਣ ਲੱਗ ਗਿਆ, ਸਰਦਾਰ ਜੀ ਇੱਥੇ ਬੈਠੋ, ਸਰਦਾਰ ਜੀ ਤੁਸੀਂ ਪਹਿਲਾਂ ਆਓ। ਸਰਦਾਰਾਂ ਨੂੰ ਅਹਿਮੀਅਤ ਦਿੰਦੀ ਹੈ ਕਿਉਂਕਿ ਸਰਦਾਰਾਂ ਦਾ ਇਤਿਹਾਸ ਲੋਕੀ ਜਾਣਦੇ ਨੇ, ਕਿੰਨੀਆਂ ਕੁਰਬਾਨੀਆਂ ਕਰਕੇ ਇਹਨਾਂ ਨੂੰ ਇਹ ਇੱਕ ਅੱਖਰ ਮਿਲਿਆ ਸਰਦਾਰ ਜੀ। ਸੋ ਜੀਵਨ ਸਮਰਪਿਤ ਕਰੀਏ ਆਪਾਂ ਕਿ ਅੰਮ੍ਰਿਤ ਵਰਸਿਆ ਜਦ ਸੁੱਕੇ ਪੱਤਿਆਂ ਤੇ, ਫੁੱਲਾਂ ਵਾਂਗ ਉਹ ਮਹਿਕਾਂ ਖਿੰਡਾਉਣ ਲੱਗੇ। ਅੰਮ੍ਰਿਤ ਵਰਸਿਆ ਜਦ ਸੁੱਕੇ ਪੱਤਿਆਂ ਤੇ, ਫੁੱਲਾਂ ਵਾਂਗ ਉਹ ਮਹਿਕਾਂ ਖਿੰਡਾਉਣ ਲੱਗੇ। ਛਿੱਟਾਂ ਮਿਲਿਆ ਜੇ ਕੀਟ ਪਤੰਗਿਆਂ ਨੂੰ,
ਮੱਚ ਸਿੱਖੀ ਦੀ ਸ਼ਮਾ ਮਹਿਕਾਉਣ ਲੱਗੇ ਤੇ ਘੁੱਟ ਮਿਲੀ ਜਦ ਘੁੱਪ ਹਨੇਰਿਆਂ ਨੂੰ, ਘੁੱਟ ਮਿਲੀ ਜਦ ਘੁੱਪ ਹਨੇਰਿਆਂ ਨੂੰ, ਵਾਂਗ ਸੂਰਜਾਂ ਅਣਖ ਲਿਸ਼ਕਾਉਣ ਲੱਗੇ ਅੰਮ੍ਰਿਤ ਮਿਲਿਆ ਜਦ ਸਿੱਖਾਂ ਭੌਰਿਆਂ ਨੂੰ, ਹੱਸ ਹੱਸ ਕੇ ਸ਼ਹੀਦੀਆਂ ਪਾਉਣ ਲੱਗੇ ਅੰਮ੍ਰਿਤ ਮਿਲਿਆ ਜਦ ਸਿੱਖਾਂ ਭੌਰਿਆਂ ਨੂੰ, ਹੱਸ ਹੱਸ ਕੇ ਸ਼ਹੀਦੀਆਂ ਪਾਉਣ ਲੱਗੇ। ਪਾਤਸ਼ਾਹ ਜੀ ਸੱਜ ਧੱਜ ਕੇ ਕਲਗੀ ਸਜਾ ਕੇ ਥੜੇ ਦੇ ਉੱਤੇ ਆਏ ਨੇ, 80,000 ਤੇ ਇਕੱਠ ਮੂਹਰਿਆ ਸੰਬੋਧਨ ਕਰਦੇ ਨੇ ਕਿ ਭਗੌਤੀ ਫੜ ਦਸਮੇਸ਼ ਲਲਕਾਰ ਕਿਹਾ, ਭਗੌਤੀ ਫੜ ਦਸਮੇਸ਼ ਲਲਕਾਰ ਕਿਹਾ, ਚਿੜੀ ਹੱਥੋਂ ਮੈਂ ਬਾਜ ਤੜਵਾਉਣ ਲੱਗਾ, ਲਾਵਾ ਬਣ ਜਾਏ ਲੋਹਾ ਇਹਦੀ ਤਪਸ਼ ਅੰਦਰ ਮੈਂ ਸਿੱਖ ਆਪਣੇ ਐਰਨ ਬਣਾਉਣ ਲੱਗਾ, ਲਾਵਾ ਬਣ ਜਾਏ ਲੋਹਾ ਇਹਦੀ ਤਪਸ਼ ਅੰਦਰ ਮੈਂ ਸਿੱਖ ਆਪਣੇ ਐਰਨ ਬਣਾਉਣ ਲੱਗਾ, ਜਗਾਉਣ ਲੱਗਾ ਮੈਂ ਅਣਖਾਂ ਸੁੱਤੀਆਂ ਨੂੰ, ਜਿਉਣਾ ਕਿਵੇਂ ਆ ਸਿੱਖੋ ਸਿਖਾਉਣ ਲੱਗਾ, ਸਿੱਖੀ ਪੱਕੀ ਐ ਕਿੰਨੀ ਅਜਮਾਉਣ ਲੱਗਾ, ਮੈਂ ਸਿਰਾਂ ਵੱਟੇ ਖਾਲਸੇ ਸਜਾਉਣ ਲੱਗਾ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਗੁਸਤਾਖੀ ਮਾਫ, ਜੇ ਜਕਾਰਾ ਗਜਾਉਣਾ ਹੈ ਤਾਂ ਜਕਾਰਾ ਗਜਾਇਆ ਕਰੋ, ਜਕਾਰੀਆਂ ਨਾ ਗਜਾਇਆ ਕਰੋ। ਬੋਲੋ ਸ਼ੁਕਰੀਆ ਜੀ। ਇਹ ਜਕਾਰਾ ਤਾਂ ਗਜਾਇਆ ਕਿ ਮੈਨੂੰ ਲੱਗਿਆ ਸੰਗਤ ਸੌਂ ਨਾ ਗਈ ਹੋਵੇ, ਬੜੇ ਦੇਰ ਤੋਂ ਬੈਠੇ ਨੇ, 6-7 ਵਜੇ ਤੋਂ ਸਜੇ ਬੈਠੇ ਹੋ, ਵਡਭਾਗੀ ਹੋ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੋ ਕਵੀਆਂ ਨੂੰ ਸੁਣਨ ਵਾਸਤੇ ਆਏ ਹੋ ਕਿ ਲੱਖਾਂ ਝੁੱਲਣਗੇ ਝੱਖੜ ਵੀ ਸਿਰਾਂ ਉੱਤੇ। ਪਾਤਸ਼ਾਹ ਨੇ ਆਪਣੇ ਸਿੰਘਾਂ ਨੂੰ ਕਿਹਾ ਕਿ ਲੱਖਾਂ ਝੁੱਲਣਗੇ ਝੱਖੜ ਵੀ ਸਿਰਾਂ ਉੱਤੇ, ਦੇਗੇ ਰਿਜ ਦੇ ਅੰਦਰ ਬਿਠਾਲਣਾ ਏ, ਚੜਨਾ ਚਰਖੜੀ ਤੇ ਖਲੜੀ ਖਿੱਚ ਹੋਣੀ ਹੋਣੀ ਆਖ ਦੀ ਨੇਜੇ ਉਛਲਣਾ ਏ, ਚੜਨਾ ਚਰਖੜੀ ਤੇ ਖਲੜੀ ਖਿੱਚ ਹੋਣੀ ਹੋਣੀ ਆਖ ਦੀ ਨੇਜੇ ਉਛਲਣਾ ਏ, ਅਸਤ ਹੋਵੇ ਨਾ ਦੀਵਾ ਕਦੇ ਸਿੱਖੀ ਵਾਲਾ, ਲਹੂ ਡੋਲੇ ਸਦੀਵੀ ਉਜਾਲਣਾ ਏ, ਮਰੇ ਬਾਅਦ ਵੀ ਮਰੇ ਨਾ ਸਿੱਖ ਮੇਰਾ ਅੰਮ੍ਰਿਤ ਪਿਆਲਾ ਐਸਾ ਪਿਆਲਣਾ ਏ, ਮਰੇ ਬਾਅਦ ਵੀ ਮਰੇ ਨਾ ਸਿੱਖ ਮੇਰਾ ਅੰਮ੍ਰਿਤ ਪਿਆਲਾ ਐਸਾ ਪਿਆਲਣਾ ਏ। ਭਾਈ ਦਇਆ ਜੀ ਖੜੇ ਜਾਂ ਥੜੇ ਉੱਤੇ ਜਦੋਂ ਪਾਤਸ਼ਾਹ ਨੇ ਸਿਰ ਦੀ ਮੰਗ ਕੀਤੀ ਤਾਂ ਇੱਕ ਸੱਚਾ ਸਿੱਖ ਉੱਠਿਆ ਜਿਹਦੇ ਅੰਦਰ ਸਿੱਖੀ ਪ੍ਰਗਟ ਸੀ ਕਿ ਭਾਈ ਦਇਆ ਜੀ ਖੜੇ ਜਾਂ ਥੜੇ ਉੱਤੇ ਤੇ ਚੱਲੀ ਕਿਰਪਾਨ ਤੇ ਸੀਸ ਵੱਖ ਹੋਇਆ, ਕਿਸੇ ਤੰਬੂ ਦੇ ਓਹਲੇ ਨਾ ਤੇਗ ਚੱਲੀ, ਸਾਵੇਂ 80,000 ਦੀ ਅੱਖ ਹੋਇਆ, ਕਿਸੇ ਤੰਬੂ ਦੇ ਓਹਲੇ ਨਾ ਤੇਗ ਚੱਲੀ, ਸਾਵੇਂ 80,000 ਦੀ ਅੱਖ ਹੋਇਆ, ਸੱਚ ਆਵੇ ਨਾ ਕਈਆਂ ਨੂੰ ਅੱਖ ਉੱਤੇ, ਗੁਰੂ ਉੱਤੇ ਵੀ ਕਈਆਂ ਨੂੰ ਸ਼ੱਕ ਹੋਇਆ, ਨੀ ਝੂਠੀ ਨਾ ਰੱਖੀ ਕਦੇ ਖਾਲਸੇ ਦੀ, ਸੱਚ ਮੰਨੋ ਜੋ ਹੋਇਆ ਪ੍ਰਤੱਖ ਹੋਇਆ, ਸੱਚ ਮੰਨੋ ਜੋ ਹੋਇਆ ਪ੍ਰਤੱਖ ਹੋਇਆ। ਡਰ ਉੱਠੇ ਕਈ ਮੇਮਨੇ ਪੰਡਾਲ ਵਿੱਚੋਂ, ਡਰ ਉੱਠੇ ਕਈ ਮੇਮਨੇ ਪੰਡਾਲ ਵਿੱਚੋਂ, ਡਰ ਜਿਨ੍ਹਾਂ ਦੇ ਜ਼ਹਿਨਾਂ ਤੇ ਛਾ ਉੱਠਿਆ। ਇਤਿਹਾਸ ਪੜ੍ਹਾਇਆ ਜਾਂਦਾ ਕਿ ਗੁਰੂ ਸਾਹਿਬ ਨੇ ਉੱਥੇ
ਸਿੰਘ ਨਹੀਂ ਵੱਡੇ ਸੀ, ਬੱਕਰੇ ਵੱਡੇ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਮੰਨਦਾ ਉੱਥੇ ਬੱਕਰੇ ਸੀ ਪਰ ਥੜੇ ਦੇ ਉੱਤੇ ਨਹੀਂ, ਪੰਡਾਲ ਦੇ ਵਿੱਚ ਸੀ। ਭੱਜ ਉੱਠੇ ਕਈ ਮੇਮਨੇ ਪੰਡਾਲ ਵਿੱਚੋਂ, ਡਰ ਜਿਨ੍ਹਾਂ ਦੇ ਜ਼ਹਿਨਾਂ ਤੇ ਛਾ ਉੱਠਿਆ, ਬਾਕੀ ਸਹਿਮ ਕੇ ਵੇਖਦੇ ਥੜੇ ਤਾਈਂ, ਸੀਸ ਦੇਣ ਕੋਈ ਡਰਿਆ ਨਾ ਉੱਠਿਆ। ਆਪਾ ਵਾਰ ਨੇ ਉੱਠੇ ਵਾਰੋ ਵਾਰ ਚਾਰੇ, ਆਪਾ ਵਾਰ ਨੇ ਉੱਠੇ ਵਾਰੋ ਵਾਰ ਚਾਰੇ, ਫੁੱਲ ਵੇਖ ਜਿਉਂ ਭੋਰਾ ਖਿੜਖਿੜਾ ਉੱਠਿਆ, ਲਾਟ ਵੇਖੋ ਪਤੰਗੇ ਵਾਂਗ ਨੱਚ ਉੱਠੇ, ਮੁਕਤ ਹੋਣ ਦਾ ਜਿਨ੍ਹਾਂ ਨੂੰ ਚਾ ਉੱਠਿਆ। ਲਾਟ ਵੇਖੋ ਪਤੰਗੇ ਵਾਂਗ ਨੱਚ ਉੱਠੇ, ਮੁਕਤ ਹੋਣ ਦਾ ਜਿਨ੍ਹਾਂ ਨੂੰ ਚਾ ਉੱਠਿਆ। ਗਵਾਹੀ ਭਰਦੀ ਹੈ ਧਰਤੀ ਅੱਜ ਤਾਈਂ, ਅਨੰਦਪੁਰ ਸਾਹਿਬ ਦੀ ਉਹ ਧਰਤੀ ਅੱਜ ਤਾਈਂ ਗਵਾਹੀ ਭਰਦੀ ਹੈ ਜਿੱਥੇ ਖਾਲਸਾ ਦੀ ਸਿਰਜਣਾ ਕੀਤੀ ਗਈ ਹੈ। ਗਵਾਹੀ ਭਰਦੀ ਹੈ ਧਰਤੀ ਅੱਜ ਤਾਈਂ, ਸਾਹਿਬ ਅਨੰਦਪੁਰ ਕੌਤਕ ਰਚਾ ਦਿੱਤੇ, ਵੱਡੇ ਸੀਸ ਦਸਮੇਸ਼ ਨੇ ਧੜਾਂ ਨਾਲੋਂ ਤੇ ਵੱਖੋ ਵੱਖਰੇ ਧੜਾਂ ਤੇ ਲਗਾ ਦਿੱਤੇ। ਇਹ ਵੀ ਇਤਿਹਾਸ ਨਹੀਂ ਮੰਨਿਆ ਜਾਂਦਾ, ਪਹਿਲਾਂ ਤਾਂ ਇਹ ਨਹੀਂ ਮੰਨਦੇ ਕਿ ਸੀਸ ਵੱਡੇ, ਤੇ ਜੇ ਮੰਨ ਵੀ ਜਾਣ ਫਿਰ ਇਹ ਨਹੀਂ ਮੰਨਦੇ ਕਿ ਵੱਖੋ ਵੱਖਰੇ ਧੜਾਂ ਤੇ ਲਾਤੇ। 5000 ਸਾਲ ਪਹਿਲਾਂ ਦਾ ਇੱਕ ਇਤਿਹਾਸ ਹੈ ਕਿ ਸ਼ਿਵ ਜੀ ਨੇ ਆਪਣੇ ਪੁੱਤਰ ਗਣੇਸ਼ ਦਾ ਸੀਸ ਲਾਤਾ ਤੇ ਉਹਨੂੰ ਹਾਥੀ ਦਾ ਸੀਸ ਵੱਢ ਕੇ ਉਹਦੇ ਸੀਸ ਤੇ ਲਾਉਣਾ ਪਿਆ, ਤੇ ਸਾਰੀ ਹਿੰਦੂ ਮਤ ਅੱਜ ਤੱਕ ਉਸ ਨੂੰ ਮੰਨਦੀ ਹੈ। ਗਣੇਸ਼ ਦੀਆਂ ਆਪਾਂ ਮੂਰਤੀਆਂ ਦੇਖਦੇ ਹਾਂ, ਹਾਥੀ ਦਾ ਸਿਰ ਤੇ ਥੱਲੇ ਬੰਦੇ ਵਾਲਾ ਧੜ ਹੁੰਦਾ ਹੈ। 5000 ਸਾਲਾਂ ਤੋਂ ਮੰਨ ਰਹੇ ਨੇ, ਆਪਾਂ ਨੂੰ ਤਾਂ ਹਾਲੇ 300 ਸਾਲ ਹੀ ਹੋਏ ਨੇ, ਹਜੇ ਹੀ ਇਤਿਹਾਸ 'ਚ ਠਲਾਉਣ ਲੱਗ ਗਏ। ਗੁਰੂ ਸਾਹਿਬ ਨੂੰ ਪਤਾ ਸੀ ਇਹਨਾਂ ਨੇ ਮੰਨਣਾ ਨਹੀਂ, ਤਾਂ ਹੀ ਤਾਂ ਗੁਰਬਾਣੀ ਵਿੱਚ ਵੀ ਦਰਜ ਕਰਿਆ ਕਿ ਸਾਚ ਕਹੋ ਸੁਣ ਲਓ ਸਭੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਉਹਨਾਂ ਨੂੰ ਪਤਾ ਸੀ ਮੰਨਣਾ ਨਹੀਂ, ਤਾਂ ਹੀ ਉਹਨਾਂ ਨੂੰ ਕਹਿਣਾ ਪਿਆ ਕਿ ਮੈਂ ਸੱਚ ਕਹਿ ਰਿਹਾ, ਤੁਹਾਡਾ ਗੁਰੂ ਤੁਹਾਨੂੰ ਸੱਚ ਕਹਿ ਰਿਹਾ ਹੈ। ਪਰ ਇਹ ਫਿਰ ਝੁਠਲਾਉਣ ਲੱਗ ਗਏ। ਚਲੋ ਖੈਰ ਹੈ ਕਿ ਵੱਡੇ ਸੀਸ ਦਸਮੇਸ਼ ਨੇ ਧੜਾਂ ਨਾਲੋਂ ਤੇ ਵੱਖੋ ਵੱਖਰੇ ਧੜਾਂ ਤੇ ਲਾ ਦਿੱਤੇ। ਖੰਡੇ ਬਾਟੇ ਦੀ ਪੌਲ ਛਕਾਈ, ਪਹਿਲਾਂ ਜਿਉਂਦੇ ਜਾਗਦੇ ਫੇਰ ਵਿਖਾ ਦਿੱਤੇ। ਰੂਪ ਖਾਸ ਹੈ ਖਾਲਸਾ ਆਖ ਮੇਰਾ, ਪੰਜੋ ਆਪਣੇ ਰੂਪ ਸਜਾ ਦਿੱਤੇ। ਰੂਪ ਖਾਸ ਹੈ ਖਾਲਸਾ ਆਖ ਮੇਰਾ, ਪੰਜੋ ਆਪਣੇ ਰੂਪ ਸਜਾ ਦਿੱਤੇ। ਤੇ ਦਾਤੇ ਦਾਤ ਮੰਗੀ ਪੰਜ ਪਿਆਰਿਆਂ ਤੋਂ, ਦਾਤੇ ਦਾਤ ਮੰਗੀ ਪੰਜ ਪਿਆਰਿਆਂ ਤੋਂ, ਪੰਜਾਂ ਪਿਆਰਿਆਂ ਸਾਫ਼ ਇਨਕਾਰ ਕੀਤਾ, ਬਿਨਾਂ ਮੁੱਲ ਨਾ ਮਿਲੇ ਕਦੇ ਵਸਤ ਕੋਈ ਅਸੂਲ, ਸਖ਼ਤ ਨੇ ਸਾਨੂੰ ਲਾਚਾਰ ਕੀਤਾ। ਬਿਨਾਂ ਮੁੱਲ ਨਾ ਮਿਲੇ ਕਦੇ ਵਸਤ ਕੋਈ ਅਸੂਲ, ਸਖ਼ਤ ਨੇ ਸਾਨੂੰ ਲਾਚਾਰ ਕੀਤਾ। ਮੁੱਲ ਚੁਕਾਉਣ ਦਾ ਪਾਇਆ ਸਵਾਲ ਜਦੋਂ, ਕਲਗੀਆਂ ਵਾਲੇ ਨੇ ਝੁੱਕ ਸਵੀਕਾਰ ਕੀਤਾ। ਕੁੱਟ ਅੰਮ੍ਰਿਤ ਦਾ ਮੁੱਖੋਂ ਪੀਣ ਖਾਤਰ, ਸਰਬੰਸ ਕੁਆਰਨ ਦਾ ਕੌਲ ਇਕਰਾਰ ਕੀਤਾ। ਕੁੱਟ ਅੰਮ੍ਰਿਤ ਦਾ ਮੁੱਖੋਂ ਪੀਣ ਖਾਤਰ, ਸਰਬੰਸ ਵਾਰਨ ਦਾ ਕੌਲ ਇਕਰਾਰ ਕੀਤਾ। ਤੇ ਅੰਮ੍ਰਿਤ ਪੀਂਦਿਆਂ ਬੁਲਬੁਲ ਬਾਜ ਬਣ ਗਈ, ਅੰਮ੍ਰਿਤ ਪੀਂਦਿਆਂ ਬੁਲਬੁਲ ਬਾਜ ਬਣ ਗਈ। ਝੁੰਡ ਗਿੱਦੜਾਂ ਦੇ ਸ਼ੇਰਾਂ ਖਿਲਾਰ ਦਿੱਤੇ, ਦਿੱਤੇ ਦੀਵੇ ਨੂੰ ਹੌਸਲੇ ਝੱਖੜਾਂ ਨੇ, ਤੇ ਝੱਖੜ ਬਣ ਕੇ ਜ਼ੁਲਮ ਉਖਾੜ ਦਿੱਤੇ। ਕੱਚੀ ਗੜੀਆਂ ਦੇ ਵਾਰਸ ਜਦੋਂ ਤਖਤ ਬੈਠੇ, ਕਿਲੇ ਕਾਬਲ ਕੰਧਾਰ ਤਾਈਂ ਉਸਾਰ ਦਿੱਤੇ। ਅੱਡੇ ਝੋੜੀ ਕੋਈ ਆਣ ਜਦੋਂ ਦੀਪ ਸਿੰਘਾਂ ਲਾਲ ਕਿਲੇ ਵੀ ਭੀਖ ਵਿੱਚ ਵਾਰ ਦਿੱਤੇ। ਸ੍ਰੀ ਅਕਾਲ।
ਇਤਿਹਾਸ ਬੋਲਦਾ ਕਿ ਬਾਬਾ ਬਘੇਲ ਸਿੰਘ ਨੇ ਜਦੋਂ ਦਿੱਲੀ ਦੇ ਉੱਤੇ ਧਾਵਾ ਬੋਲਿਆ 30,000 ਦੀ ਸੈਨਾ ਨਾਲ ਲੈ ਕੇ ਗਿਆ। ਅੱਜ ਵੀ ਉਹ ਪੁੱਲ ਉਹ ਅਦਾਲਤ 30,000 ਕਰਕੇ ਜਾਣੀ ਜਾਂਦੀ ਹੈ ਅਤੇ ਉੱਥੋਂ ਦਾ ਨਵਾਬ ਕੁੰਡੇ ਬੰਦ ਕਰਕੇ ਦਰਵਾਜ਼ੇ ਬੰਦ ਕਰਕੇ ਭੱਜ ਗਿਆ ਸੀ। ਖਾਲਸਾ ਫੌਜਾਂ ਨੇ ਉੱਥੇ ਆਪਣਾ ਖਾਲਸਾ ਹੀ ਝੰਡਾ ਲਹਿਰਾਤਾ। ਮੁੜ ਕੇ ਨਵਾਬ ਦੀ ਬੇਗਮ ਝੋਲੀ ਅੱਡ ਕੇ ਖਾਲਸੇ ਕੋਲ ਆਈ ਕਿ ਸਾਨੂੰ ਭੀਖ ਦੇ ਵਿੱਚ ਸਾਡਾ ਲਾਲ ਕਿਲ੍ਹਾ ਵਾਪਸ ਕਰ ਦਿਓ। ਅਤੇ ਖਾਲਸਾ ਉਵੇਂ ਹੀ ਉਹਨਾਂ ਨੂੰ ਵਾਪਸ ਕਰਕੇ ਅਤੇ ਪੁੱਠੇ ਪੈਰੀ ਵਾਪਸ ਵਤਨਾਂ ਨੂੰ ਪਰਤ ਆਇਆ ਆ। ਇਹ ਹੈ ਖਾਲਸਾ, ਬਾਦਸ਼ਾਹੀਆਂ ਨੂੰ ਵੀ ਠੋਕਰ ਮਾਰ ਦਿੰਦੇ ਨੇ ਕਿ ਕੰਬਦੇ ਹੱਥ ਕਿਰਪਾਨ ਮਜ਼ਬੂਤ ਕੀਤੇ। ਇਹ ਜੋ ਪੰਜ ਕਕਾਰ ਆਪਾਂ ਨੂੰ ਦਿੱਤੇ ਗਏ ਨੇ ਕਿ ਕੰਬਦੇ ਹੱਥ ਕਿਰਪਾਨ ਮਜ਼ਬੂਤ ਕੀਤੇ, ਕੱਛ ਪਹਿਣਦਿਆਂ ਸਖਸ਼ੀ ਸਦਾਚਾਰ ਮਿਲੀ, ਕੰਘੇ ਕੜੇ ਨੇ ਵਰਜਿਆ ਵਿਕਾਰ ਵੱਲੋਂ, ਕੇਸਾਂ ਖਾਤਰ ਸਿਰ ਸੋਹਣੀ ਦਸਤਾਰ ਮਿਲੀ, ਹੋਣੀ ਮਿਲੀ ਜਦ ਤਦ ਮੰਗੀ ਕੁਰਬਾਨੀ, ਹੋਣੀ ਮਿਲੀ ਜਦ ਤਦ ਮੰਗੀ ਕੁਰਬਾਨੀ, ਖੁਸ਼ਗਵਾਰਾਂ ਨੂੰ ਹੋਣੀ ਵਾਰ ਵਾਰ ਮਿਲੀ, ਪੱਠੀ ਜ਼ੁਲਮ ਦੀ ਭਖੀ ਜਿੰਨੀ ਵੀ ਤਿੱਖੀ, ਸਿੱਖੀ ਸਿਦਕ ਨੂੰ ਤਿੱਖੀ ਓਨੀ ਧਾਰ ਮਿਲੀ, ਸਿੱਖੀ ਸਿਦਕ ਨੂੰ ਤਿੱਖੀ ਓਨੀ ਧਾਰ ਮਿਲੀ। ਅਤੇ ਜਦ ਪੁੱਛਿਆ ਜ਼ੁਲਮ ਤੋਂ ਡਰਦੇ ਨਹੀਂ, ਜਦ ਸਿੰਘਾਂ ਨੂੰ ਪੁੱਛਿਆ ਕਿ ਜ਼ੁਲਮ ਤੋਂ ਡਰਦੇ ਨਹੀਂ ਤਾਂ ਪੜ ਜ਼ਫਰਨਾਮੇ ਸੁਣਾਉਣ ਲੱਗੇ, ਜਦ ਪੁੱਛਿਆ ਦੇਣੀ ਪਊ ਸ਼ਹੀਦੀ ਤਾਂ ਇੱਕ ਦੂਜੇ ਮੂਹਰੇ ਆਉਣ ਲੱਗੇ। ਜਦ ਪੁੱਛਿਆ ਕਿ ਜ਼ੁਲਮ ਤੋਂ ਡਰਦੇ ਨਹੀਂ ਤਾਂ ਪੜ ਜ਼ਫਰਨਾਮੇ ਸੁਣਾਉਣ ਲੱਗੇ, ਜਦ ਪੁੱਛਿਆ ਕਿ ਦੇਣੀ ਪਊ ਸ਼ਹੀਦੀ ਤਾਂ ਇੱਕ ਦੂਜੇ ਮੂਹਰੇ ਆਉਣ ਲੱਗੇ, ਜਦ ਪੁੱਛਿਆ ਹੈ ਸਿੱਖੀ ਪੱਕੀ ਕਿੰਨੀ ਆਰੇ ਸਿਰ ਤੇ ਰੱਖ ਅਜਮਾਉਣ ਲੱਗੇ, ਜਦ ਪੁੱਛਿਆ ਸਿੱਖੀ ਪਿਆਰੀ ਕਿੰਨੀ ਟੋਟੇ ਜਿਗਰ ਦੇ ਟੋਟੇ ਕਰਵਾਉਣ ਲੱਗੇ। ਜਦ ਪੁੱਛਿਆ ਕਿ ਸਿੱਖੀ ਪਿਆਰੀ ਕਿੰਨੀ ਤਾਂ ਟੋਟੇ ਜਿਗਰ ਦੇ ਟੋਟੇ ਕਰਵਾਉਣ ਲੱਗੇ, ਸਿੱਖੀ ਮਿਲਦੀ ਮਹਿੰਗੇ ਭਾਅ ਸਦਾ, ਸਿੱਖੀ ਮਿਲਦੀ ਮਹਿੰਗੇ ਭਾਅ ਸਦਾ, ਸਿਰ ਦੇ ਕੇ ਮੁੱਲ ਚੁਕਾਉਣੇ ਪੈਂਦੇ, ਘਰ ਬਾਰ ਵੀ ਛੱਡਣਾ ਪੈ ਜਾਂਦਾ, ਗਲ ਬਲ ਦੇ ਟੈਰ ਪਵਾਉਣੇ ਪੈਂਦੇ, ਆਣ ਹਿੱਕ ਤੇ ਸਿੱਧੀ ਵੱਜਦੀ ਗੋਲੀ, ਸੀਨੇ ਪੰਥ ਦੀ ਖਾਤਰ ਡਾਉਣੇ ਪੈਂਦੇ, ਹੁੰਦਾ ਸਿੰਘ ਕਹਾਉਣਾ ਸੌਖਾ ਨਹੀਂ ਸਰਕਾਰ ਨਾਲ ਮੱਥੇ ਲਾਉਣੇ ਪੈਂਦੇ, ਹੁੰਦਾ ਸਿੰਘ ਕਹਾਉਣਾ ਸੌਖਾ ਨਹੀਂ ਸਰਕਾਰ ਨਾਲ ਮੱਥੇ ਲਾਉਣੇ ਪੈਂਦੇ। ਨਮਸਕਾਰ ਹੈ ਉਹਨਾਂ ਯੋਧਿਆਂ ਨੂੰ, ਨਮਸਕਾਰ ਹੈ ਉਹਨਾਂ ਯੋਧਿਆਂ ਨੂੰ ਸਿੱਖੀ ਸਿਦਕ ਨਾਲ ਨਿਭਾਈ, ਜਿਨ੍ਹਾਂ ਮੁੱਲ ਕੇਸਾਂ ਦਾ ਜਿੰਨਾ ਸਮਝਿਆ ਏ, ਕੇਸਾਂ ਖਾਤਰ ਸ਼ਹੀਦੀ ਪਾਈ ਜਿੰਨਾ, ਨਾ ਸਿਰ ਗੁਰੂ ਦਾ ਕਦੇ ਵੀ ਝੁਕਣ ਦਿੱਤਾ, ਨਾ ਸਿਰ ਗੁਰੂ ਦਾ ਕਦੇ ਵੀ ਝੁਕਣ ਦਿੱਤਾ, ਨਾ ਪਿੱਠ ਕੌਮ ਦੀ ਕਦੇ ਲਵਾਈ ਜਿੰਨਾ, ਨਮਸਕਾਰ ਹੈ ਸਿੰਘਾਂ ਸ਼ਹੀਦਾਂ ਨੂੰ ਲਹੂ ਡੋਲ ਕੇ ਸਿੱਖੀ ਬਚਾਈ ਜਿੰਨਾ, ਨਮਸਕਾਰ ਹੈ ਸਿੰਘਾਂ ਸ਼ਹੀਦਾਂ ਨੂੰ ਲਹੂ ਡੋਲ ਕੇ ਸਿੱਖੀ ਬਚਾਈ ਜਿੰਨਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਨੇ 7 ਸਾਲਾਂ ਦੇ ਵਿੱਚ ਸਿੱਖ ਰਾਜ ਕਾਇਮ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਜਰਨੈਲਾਂ ਦੀ ਅੱਜ ਵੀ ਸਾਨੂੰ ਲੋੜ ਹੈ। ਇੱਕ ਉੱਠਿਆ ਸੀ ਸਾਡਾ ਜਰਨੈਲ, ਪਰ ਛੇਤੀ ਸਾਡਾ ਸਾਥ ਛੱਡ ਗਿਆ।
ਸਾਨੂੰ ਅੱਜ ਫਿਰ ਇਹੋ ਜਿਹੇ ਜਰਨੈਲਾਂ ਦੀ ਜ਼ਰੂਰਤ ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਵਾਂਗ ਸਿੱਖ ਰਾਜ ਦੀ ਦੁਬਾਰਾ ਸਥਾਪਨਾ ਕਰ ਸਕੇ, ਸਾਡਾ ਝੰਡਾ ਬੁਲੰਦ ਕਰ ਸਕੇ। ਅਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਝੰਡਾ ਬੁਲੰਦ ਕੀਤਾ ਤਾਂ ਉਹ ਕੀ ਕਹਿੰਦਾ ਸੀ ਕਿ ਜ਼ਾਲਮ ਦੀ ਜੜ ਪੱਟ ਕੇ ਕਰੂੰ ਅੱਗ ਹਵਾਲੇ। ਗੁਸਤਾਖੀ ਮਾਫ, ਗਲਾ ਥੋੜ੍ਹਾ ਜਿਹਾ ਸਾਥ ਨਹੀਂ ਦੇ ਰਿਹਾ, ਪਰ ਆਪ ਧਿਆਨ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਅਸੀਸ ਬਖਸ਼ਣਾ ਕਿ ਜ਼ਾਲਮ ਦੀ ਜੜ ਪੁੱਟ ਕੇ ਕਰੂੰ ਅੱਗ ਹਵਾਲੇ, ਸੁੱਟਾਂ ਖੱਲ ਉਧੇੜ ਕੇ ਜਿਹਨੇ ਕਹਿਰ ਕਮਾਇਆ, ਥਰ ਥਰ ਕੰਬਣ ਲਾ ਦੇਣੇ ਮੈਂ ਜਾਬਰ ਸਾਰੇ, ਡਾਡਰ ਖੁੰਜੇ ਲੱਭਣਗੇ ਜਦ ਰੂਪ ਦਿਖਾਇਆ, ਮਜਲੂਮਾਂ ਲਈ ਚੜ ਜਾਣਾ ਹੈ ਸੂਰਜ ਚਿੱਟਾ, ਤੱਕੂ ਵਿੱਚ ਹਨੇਰਿਆਂ ਜਿਹਨੇ ਨੇਰ ਮਚਾਇਆ, ਪੁੜਕ ਪੁੜਕਿਓ ਉੱਠਣਗੇ ਰਾਤਾਂ ਨੂੰ ਸੁੱਤੇ, ਸੁਪਨੇ ਵਿੱਚ ਵੀ ਆਖਣਗੇ ਹੈ ਬੰਦਾ ਆਇਆ, ਸੁਪਨੇ ਵਿੱਚ ਵੀ ਆਖਣਗੇ ਹੈ ਬੰਦਾ ਆਇਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇੰਨੀਆਂ ਕੁ ਸੇਵਾਵਾਂ ਪ੍ਰਵਾਨ ਕਰਨੀਆਂ, ਵੀਰ ਨਿਮਾਣਾ ਜੀ ਵੱਲੋਂ ਹੁਕਮ ਹੋਇਆ ਹੈ ਕਿ ਮੀਰੀ ਪੀਰੀ ਦੇ ਦੋ ਬੰਦ, ਦਾਸ ਦੀ ਤਬੀਅਤ ਕੁਛ ਦਿਨਾਂ ਤੋਂ ਠੀਕ ਨਹੀਂ ਚੱਲ ਰਹੀ, ਗਲੇ ਦੀ ਦਵਾਈ ਵੀ ਚੱਲ ਰਹੀ ਹੈ, ਪਰ ਨੀਮ ਹਕੀਮ ਖਤਰਾ ਜਾਣ ਹੀ ਹੁੰਦਾ ਹੈ, ਦੇਸੀ ਦਵਾਈਆਂ ਲੈ ਕੇ ਹੋਰ ਖਰਾਬ ਕਰ ਲਿਆ। ਸੋ ਮੀਰੀ ਪੀਰੀ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਜੈਕਾਰਾ ਛੱਡ ਦਿਓ ਤਾਂ ਕਿ ਥੋੜ੍ਹੇ ਜਿਹੇ ਬਹੁਤ ਬਹੁਤ ਧੰਨਵਾਦ ਜੀ ਮੇਰੇ ਵੀਰ ਕਵੀ ਸ਼ਸਤਰਧਾਰੀ ਨੂੰ ਸਮਰਪਿਤ, ਕਿ ਇਹਨਾਂ ਮੀਰੀ ਵੀ ਧਾਰੀ ਤੇ ਪੀਰੀ ਵੀ ਧਾਰੀ, ਇਹਨਾਂ ਮੀਰੀ ਵੀ ਧਾਰੀ ਤੇ ਪੀਰੀ ਵੀ ਧਾਰੀ, ਇਹ ਲੜਦੇ ਨੇ ਮਰਦੇ ਨੇ ਮਰ ਕੇ ਵੀ ਲੜਦੇ ਨੇ, ਇੱਕ ਹੋਵੇ ਦਸ ਹੋਵੇ ਦਸ ਦਸ ਲੱਖ ਹੋਵੇ, ਥਰ ਥਰ ਨਾ ਕਰਦੇ ਜੇ ਖੜਦੇ ਤਾਂ ਅੜਦੇ ਨੇ, ਤੱਕ ਤੱਕ ਹੈ ਤੁਰਕਾਂ ਦੇ ਜਿਗਰੇ ਚੋਂ ਸੁਣਦੀ ਜਦ ਪੜ ਪੜ ਕੇ ਵਾਰਾਂ, ਇਹ ਯੁੱਧਾਂ ਚ ਵੜਦੇ ਨੇ ਤੁਰਕਾਂ ਦੇ ਚਿੱਥੜੇ, ਨਾ ਲੱਭੇ ਨਾ ਲੱਭਣੇ ਜੋ ਪੱਤਿਆਂ ਦੇ ਵਾਂਗੂ ਉਹ ਚੜ ਚੜ ਕੇ ਚੜਦੇ ਨੇ, ਇਹਨਾਂ ਮੀਰੀ ਵੀ ਧਾਰੀ ਤੇ ਪੀਰੀ ਵੀ ਧਾਰੀ, ਇਹ ਲੜਦੇ ਨੇ ਮਰਦੇ ਨੇ ਮਰ ਕੇ ਵੀ ਲੜਦੇ ਨੇ, ਮੁੜਕੇ ਨਾ ਗੜਕੇ ਉਹ ਜੀਨੂੰ ਇਹ ਘੁਰਕਣ, ਮੁੜਕੇ ਨਾ ਗੜਕੇ ਉਹ ਜੀਨੂੰ ਇਹ ਘੁਰਕਣੇ, ਮੂਹਰੇ ਹੀ ਗੱਜਣ ਲੱਖ ਲੱਖ ਫੌਜਾਂ ਖੜੀਆਂ ਦੇ, ਖੇਡਾਂ ਹੀ ਸਮਝਣ ਇਹ ਦੇਗਾਂ ਤੇ ਤੇਗਾਂ ਨੂੰ, ਆਸ਼ਿਕ ਚਰ ਖੜੀਆਂ ਦੇ ਵਾਰਿਸ ਨੇ ਗੜੀਆਂ ਦੇ, ਜੈਕਾਰੇ ਗਜਾਵਨ ਨਾ ਪਿੱਠਾਂ ਦਿਖਾਵਨ ਨੇ, ਤੋਪਾਂ ਦੇ ਸਾਵੇਂ ਗੱਜ ਹਿੱਕਾਂ ਤਨ ਖੜਦੇ ਨੇ, ਇਹਨਾਂ ਮੀਰੀ ਵੀ ਧਾਰੀ ਤੇ ਪੀਰੀ ਵੀ ਧਾਰੀ, ਇਹ ਲੜਦੇ ਨੇ ਮਰਦੇ ਨੇ ਮਰ ਕੇ ਵੀ ਲੜਦੇ ਨੇ, ਅਸਮਾਨਾਂ ਦੀ ਬਿਜਲੀ ਹੱਥ ਸਿੰਘਾਂ ਦੇ ਚਮਕੇ, ਹੈ ਕੜਕੜ ਨੇ ਕਰਦੇ ਜਦ ਲੋਹੇ ਕਿਰਪਾਨਾਂ ਦੇ, ਖੰਡੇ ਤੋਂ ਮੂਹੇ ਜਦ ਸਿੰਘਾਂ ਨੇ ਧੂਹੇ ਨੇ, ਮੁੜ ਜਾਂਦੇ ਮੂੰਹ ਵੱਡੇ ਵੱਡੇ ਤੂਫਾਨਾਂ ਦੇ, ਨਾ ਟੁੱਟਦੇ ਨਾ ਮੁੱਕਦੇ ਨੇ ਸਿੰਘਾਂ ਦੇ ਜਜ਼ਬੇ, ਨਾ ਆਰੇ ਤੋਂ ਚਿਰਦੇ ਨਾ ਅੱਗਾਂ ਤੋਂ ਸੜਦੇ ਨੇ, ਇਹਨਾਂ ਮੀਰੀ ਵੀ ਧਾਰੀ ਤੇ ਪੀਰੀ ਵੀ ਧਾਰੀ, ਇਹ ਲੜਦੇ ਨੇ ਮਰਦੇ ਨੇ ਮਰ ਕੇ ਵੀ ਲੜਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਭ ਤੋਂ ਜ਼ਿਆਦਾ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਨੇ ਆਪਣੀ ਨਿੱਘੀ ਬੋਧ ਬਖਸ਼ੀ। ਬਹੁਤ ਬਹੁਤ ਧੰਨਵਾਦ ਆਪ ਰੱਬ ਰੂਪ ਸੰਗਤ ਦਾ, ਬਹੁਤ ਬਹੁਤ ਧੰਨਵਾਦ ਮੇਰੇ ਵੱਡੇ ਵੀਰ ਮਲਕੀਤ ਸਿੰਘ ਨਿਮਾਣਾ ਦਾ, ਜਿਨ੍ਹਾਂ ਨੇ ਇੱਥੇ ਸੱਦ ਕੇ ਇੰਨਾ ਮਾਣ ਬਖਸ਼ਿਆ। ਕਵਿਤਾ ਪੜ੍ਹਦਿਆਂ ਤੋਂ ਹੋਈਆਂ ਅਨੇਕ ਪ੍ਰਕਾਰ ਦੀ ਭੁੱਲਾਂ ਦੀ ਖਿਮਾ ਆਪ ਸੰਗਤ ਅਤੇ ਗੁਰੂ ਬਖਸ਼ਣਹਾਰ ਨੂੰ ਬਖਸ਼ ਦੇਣਾ ਜੀ। ਅਨੇਕਾਂ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਬਖਸ਼ੋ ਅਸੀਸ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ,